ਫਿਲੌਰ ਪਿੰਡ ਭੈਣੀ ਦੇ ਲੋਕਾਂ ਵੱਲੋਂ ਨੇੜਲੇ ਪਿੰਡ ਦਾ ਗੰਦਾ ਪਾਣੀ ਪਿੰਡ ਵਿੱਚ ਪੈਣ ਤੋਂ ਰੋਕਣ ਲਈ ਲਾਇਆ ਧਰਨਾ ਅੱਜ 12ਵੇਂ ਦਿਨ ਵਿੱਚ ਪੁੱਜ ਗਿਆ ਹੈ, ਜਿਸ ਵਿੱਚ ਸੈਂਕੜੇ ਪਿੰਡ ਭੈਣੀ ਦੇ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਧਰਨੇ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਵਿੱਚ ਪਹੁੰਚ ਕੇ ਹਿਮਾਇਤ ਦਾ ਐਲਾਨ ਕੀਤਾ ਗਿਆ। ਇਸ ਸਮੇਂ ਸ਼ਾਮਲ ਜਥੇਬੰਦੀਆਂ, ਜਿਸ ਵਿੱਚ ਦਿਹਾਤੀ ਮਜ਼ਦੂਰ ਸਭਾ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਹਾਜ਼ਰ ਸਨ। ਇਸ ਸਮੇਂ ਸੰਤੋਖ ਸਿੰਘ ਸੰਧੂ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ, ਕੁਲਦੀਪ ਫਿਲੌਰ, ਆਦਿ ਨੇ ਅੰਦੋਲਨ ਦੀ ਪੂਰਨ ਹਿਮਾਇਤ ਦਾ ਐਲਾਨ ਕੀਤਾ। ਇਸ ਸਮੇਂ ਪਿੰਡ ਭੈਣੀ ਦੇ ਵਾਸੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਪੁਲਿਸ ਦੀ ਸਹਾਇਤਾ ਨਾਲ ਪਿੰਡ ਵਿੱਚ ਗੰਦਾਨ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦਾ ਪਿੰਡ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਹਰ ਧੱਕੇ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਹਨ। ਇਸ ਮੌਕੇ ਸਰਪੰਚ ਰਾਮ ਲੁਬਾਇਆ ਭੈਣੀ, ਇਕਬਾਲ ਸਿੰਘ ਬਿੱਟਾ, ਪਰਮਜੀਤ ਸਿੰਘ, ਨਿਰਮਲ ਸਿੰਘ ਸਰਪੰਚ ਮੀਆਂਵਾਲ, ਗੁਰਮੁਖ ਸਿੰਘ ਮੀਆਂਵਾਲ, ਸੁਨੀਲ ਕੁਮਾਰ ਭੈਣੀ, ਪਰਮਜੀਤ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ। ਮੈਂ ਜਰਨੈਲ ਫਲੌਰ, ਦਿਹਾਤੀ ਮਜ਼ਦੂਰ ਸਭਾ ਸਵਾਈ ਆਗੂ। ਅੱਜ ਜਿਹੜਾ ਮਸਲਾ ਗੰਦੇ ਪਾਣੀ ਦੇ ਨਿਕਾਸ ਦਾ ਆ, ਪਿੰਡ ਭੈਣੀ ਅਤੇ ਮੀਓਵਾਲ ਦੇ ਵਿੱਚ ਪਾਇਆ ਜਾ ਰਿਹਾ ਹਰੀਪੁਰ ਪੰਚਾਇਤ ਵੱਲੋਂ, ਇਹ ਲਗਾਤਾਰ ਅੱਜ 12 ਦਿਨ ਹੋ ਗਏ ਇਸ ਭੈਣੀ ਦੇ ਵਿੱਚ ਧਰਨਾ ਚੱਲਦੇ ਨੂੰ। ਅਸੀਂ ਅੱਜ ਇਹਨਾਂ ਦੀ ਹਮਾਇਤ 'ਤੇ ਆਏ ਹਾਂ ਵੀ ਜਿਹੜਾ ਗੰਦਾ ਪਾਣੀ ਆ ਉਹਦਾ ਸਰਕਾਰ ਪ੍ਰਬੰਧ ਕਰੇ, ਇੱਥੇ ਟ੍ਰੀਟਮੈਂਟ ਪਲਾਂਟ ਲਾਵੇ। ਜਿਹੜਾ ਆਪਸ ਵਿੱਚ ਹੀ ਦੋਨਾਂ ਪਿੰਡਾਂ ਨੂੰ ਲੜਾ ਰਹੀ ਆ, ਉਹ ਲੜਾਈ ਨਾ ਕਰਾਵੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਿਹੜਾ ਪਾਣੀ ਦਾ ਨਿਕਾਸ ਕਰਨਾ, ਲੋਕਾਂ ਨੂੰ ਨਾ ਲੜਾਇਆ ਜਾਵੇ, ਪਿੰਡਾਂ ਨੂੰ ਨਾ ਲੜਾਇਆ ਜਾਵੇ। ਉਹ ਜਿਹੜਾ ਆ ਪ੍ਰਸ਼ਾਸਨ ਪ੍ਰਬੰਧ ਕਰੇ, ਉਹਦਾ ਟ੍ਰੀਟਮੈਂਟ ਪਲਾਂਟ ਲਾਵੇ, ਉਹਨੂੰ ਸਾਫ਼ ਕਰਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਾਵੇ ਵੀ ਲੋਕ ਜਿਹੜੇ ਇਹਨੂੰ ਵਰਤ ਸਕਣ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਜਿਹੜਾ ਇੱਥੇ ਧਰਨਾ ਲੱਗਾ ਆ ਉਹਨੂੰ ਇਨਸਾਫ਼ ਦਿਵਾਉਣ ਦੇ ਲਈ ਅਸੀਂ ਜਿੰਨਾ ਚੱਕਰ ਇਹ ਧਰਨਾ ਚੱਲਦਾ, ਜਿੰਨਾ ਚੱਕਰ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਫਾਸਣ ਦਿੰਦਾ ਜਾਂ ਲਿਖਤੀ ਨਹੀਂ ਦਿੰਦਾ ਵੀ ਇੱਥੇ ਨਹੀਂ ਪਾਣੀ ਪਾਇਆ ਜਾਏਗਾ, ਉਨਾ ਚਿਰ ਇਹਦਾ ਜਿਹੜਾ ਧਰਨਾ ਆ ਉਹਦੀ ਹਮਾਇਤ 'ਤੇ ਖੜੇ ਰਹਾਂਗੇ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ, ਜਿਹੜੇ ਉਹ ਧਮਕੀਆਂ ਦਿੰਦੇ ਪਰਚੇ ਕਰ ਦੇਣੇ ਆ, ਉਹਨਾਂ ਨੂੰ ਆਵਾਜ਼ ਦਿੰਦੇ ਹਾਂ ਵੀ ਨਾ ਉਹ ਧਮਕੀਆਂ ਦੇਣ। ਅਸੀਂ ਪਰਚਿਆਂ ਤੋਂ ਨਹੀਂ ਡਰਦੇ, ਨਾ ਪਿੰਡ ਵਾਲੇ ਪਰਚਿਆਂ ਤੋਂ ਡਰਦੇ ਆ। ਇਸ ਕਰਕੇ ਅੱਜ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਇਹ ਧੱਕਾ ਆ ਉਹ ਨਾ ਕੀਤਾ ਜਾਵੇ, ਜਿਹੜੀ ਸਰਕਾਰ ਆ ਉਹ ਤੁਰੰਤ ਇਹਦਾ ਹੱਲ ਕਰੇ। ਧੰਨਵਾਦ। ਹਾਂਜੀ, ਮੈਂ ਸੰਤੋਖ ਸਿੰਘ ਸੰਧੂ, ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ। ਸਾਨੂੰ ਅੱਜ ਹੀ ਸਵੇਰੇ ਸਾਡੇ ਮੀਓਵਾਲ ਵਾਲੇ ਸਾਥੀਆਂ ਨੇ ਦੱਸਿਆ ਵੀ ਮਤਲਬ ਆਹ ਮਸਲਾ ਆ ਵੀ ਸਾਡੇ ਪਿੰਡਾਂ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ, ਜਿਹਦੇ ਵਿੱਚੋਂ ਅਸੀਂ ਫੌਰੀ ਅੱਜ ਇੱਥੇ ਪਹੁੰਚੇ ਹਾਂ। ਅਸੀਂ ਮਤਲਬ ਪ੍ਰਸ਼ਾਸਨ ਤੋਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਦੇਖੋ ਉਹਨਾਂ ਸਾਥੀਆਂ ਨੂੰ ਅਪੀਲ ਕਰਦੇ ਹਾਂ ਹਰੀਪੁਰ ਵਾਲਿਆਂ ਨੂੰ ਵੀ ਦੇਖੋ ਤੁਸੀਂ ਆਪਣਾ ਗੰਦਾ ਪਾਣੀ ਦੂਜੇ ਦੇ ਵਿੱਚ ਪਿੰਡਾਂ 'ਚ ਨਾ ਪਾਓ। ਕਿਰਪਾ ਕਰਕੇ ਜੇ ਤੁਸੀਂ ਆਪਣੇ ਪਿੰਡ ਦਾ ਸੁਧਾਰ ਕਰਨਾ ਉਹ ਪਿੰਡਾਂ ਆਪਣਾ ਪਾਣੀ ਜਿਹੜਾ ਉਹ ਰੀਚਾਰਜ ਕਰੋ, ਉਹਨੂੰ ਮਤਲਬ ਜਿਹੜਾ ਪਾਣੀ ਨੂੰ ਸੋਧ ਕੇ ਤੁਸੀਂ ਫਸਲਾਂ ਨੂੰ ਲਾ ਸਕਦੇ ਆ, ਉਹ ਸੋਧ ਕੇ ਪਾਣੀ ਤੁਸੀਂ ਜਿਹੜਾ ਆ ਉਹ ਥੱਲੇ ਧਰਤੀ ਰੀਚਾਰਜ ਕਰ ਸਕਦੇ ਆ, ਜਿਹਦੇ ਨਾਲ ਲੈਵਲ ਵੀ ਉੱਚੇ ਆਏਗਾ। ਪਰ ਉਹ ਜਿਹੜਾ ਇਸ ਪਿੰਡ ਦੇ ਵਿੱਚ ਪਾਣੀ ਪਾਉਣਾ ਅਸੀਂ ਕਹਿੰਦੇ ਹਾਂ ਉਹ ਗੈਰ ਜ਼ਿੰਮੇਵਾਰਤਾ ਆ, ਵੀ ਕਿਰਪਾ ਕਰਕੇ ਉਹਨਾਂ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਜਥੇਬੰਦੀਆਂ ਵੱਲੋਂ ਚੇਤਾਵਨੀ ਦਿੰਦੇ ਹਾਂ ਵੀ ਕਿਸੇ ਕੀਮਤ 'ਤੇ ਵੀ ਇਹ ਜਿਹੜਾ ਪਾਣੀ ਨਾ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਪੈਣ ਦਿੱਤਾ ਜਾਏਗਾ। ਕਿਉਂਕਿ ਮਤਲਬ ਜੇ ਹੁਣ ਉਹ ਆਪਣੇ ਵਾਲਾ ਗੰਦ ਕੱਢ ਕੇ ਇਹਨਾਂ ਦੇ ਪਿੰਡਾਂ 'ਚ ਪਾਉਣਗੇ, ਪਿੰਡ ਤਾਂ ਪਹਿਲਾਂ ਡੁੱਬ ਜਾਂਦੇ ਆ। ਹਾਲੇ ਮੀਂਹ ਜਿਹੜਾ ਪੰਜਾਬ 'ਚ ਪੈਂਦਾ ਤੁਸੀਂ ਦੇਖਿਆ ਹੁਣ ਐਤਕੀ ਮੀਂਹ ਪੰਜਾਬ 'ਚ ਪਿਆ ਨਹੀਂ ਤਾਂ ਅੱਧੋਂ ਜ਼ਿਆਦਾ ਪੰਜਾਬ ਡੁੱਬ ਗਿਆ, ਅਤੇ ਅਸੀਂ ਵੀ ਆਪਣਾ ਏਰੀਆ ਹੈ ਇਹਨਾਂ ਸਾਰਿਆਂ ਸਾਥੀਆਂ ਨੂੰ ਪਤਾ, ਅਸੀਂ ਆ ਬੰਨ ਮਸੀਂ ਬਚਾਇਆ 15 ਦਿਨ ਸਾਡੀਆਂ ਜਥੇਬੰਦੀਆਂ ਬੰਨ ਦੇ ਉੱਤੇ ਬੈਠੀਆਂ ਨੇ ਜਿੰਨਾ ਚਿਰ ਪਾਣੀ ਉਤਰਿਆ ਨਹੀਂ, ਅਤੇ ਅਸੀਂ ਇਲਾਕੇ ਦੇ ਲੋਕਾਂ ਨੇ ਜਥੇਬੰਦੀਆਂ ਨੇ ਮਸੀਂ ਇਹ ਬੰਨ ਬਚਾਇਆ। ਇਸ ਕਰਕੇ ਇਹ ਤਾਂ ਪਹਿਲਾਂ ਡੁੱਬੇ ਹੁੰਦੇ ਆ,
ਅਸੀਂ ਹੋਰ ਨਹੀਂ ਡੁੱਬਣ ਦੇਵਾਂ ਕਿਸੇ ਕੀਮਤ 'ਤੇ ਵੀ। ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਭਾਈ ਇਹਦਾ ਪ੍ਰਬੰਧ ਤੁਸੀਂ ਕਰੋ, ਸਰਕਾਰ ਕਰੇ ਇਹਦਾ ਪ੍ਰਬੰਧ, ਕਿਉਂਕਿ ਲੋਕਾਂ ਨੂੰ ਆਸ ਵਿੱਚ ਨਾ ਲੜਾਓ ਤੁਸੀਂ, ਜਿਹਦੇ ਕਰਕੇ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਅਸੀਂ ਇਹਨਾਂ ਪਿੰਡਾਂ ਦੇ ਨਾਲ ਹਾਂ ਅਤੇ ਜੇ ਉਹਨਾਂ ਨੇ ਵੀ ਕੋਈ ਸਾਡੇ ਨਾਲ ਗੱਲ ਕਰਨੀ ਹੋਵੇ ਵੈਰੀਪੁਰ ਵਾਲੇ, ਉਹ ਸਾਡੇ ਨਾਲ ਬਾਤ ਦਲੀਲ ਗੱਲ ਕਰ ਸਕਦੇ ਆ। ਅਸੀਂ ਜਥੇਬੰਦੀਆਂ ਵਾਲੇ ਬੈਠੇ ਹਾਂ, ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਫਿਰ ਦੁਬਾਰਾ ਮੰਗ ਕਰਦੇ ਹਾਂ ਵੀ ਜੇ ਮਤਲਬ ਤੁਸੀਂ ਇਹਨਾਂ ਲੋਕਾਂ ਦੇ ਨਾਲ ਧੱਕਾ ਕੀਤਾ ਅਤੇ ਜਥੇਬੰਦੀਆਂ ਇਹਨਾਂ ਤੋਂ ਮੋਹਰੇ ਹੋ ਕੇ ਲੜਨਗੀਆਂ। ਇਸ ਕਰਕੇ ਭਾਈ ਇਹ ਸਾਡੇ ਲੋਕ ਆ, ਸਾਡੇ ਕਿਸਾਨ ਮਜ਼ਦੂਰ ਆ, ਜਿਨ੍ਹਾਂ ਦੀ ਅਸੀਂ ਰਾਖੀ ਕਰਾਂਗੇ, ਤੁਹਾਡੇ ਚੈਨਲ ਵਾਲੇ ਵੀਰਾਂ ਦਾ, PTC ਨਿਊਜ਼ ਦਾ ਅਤੇ ਬਾਕੀ ਚੈਨਲ ਵਾਲੇ ਜਿਹੜੇ ਤੁਸੀਂ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਅਸੀਂ ਤੁਹਾਡੇ ਧੰਨਵਾਦੀ ਹਾਂ ਆਪਣੀਆਂ ਜਥੇਬੰਦੀਆਂ ਵੱਲੋਂ, ਧੰਨਵਾਦ ਜੀ। ਮੇਰਾ ਨਾਂ ਜੀ ਨਿਰਮਲਜੀਤ, ਪਿੰਡ ਮੀਓਵਾਲ ਤੋਂ ਸਰਪੰਚ ਆ ਮੈਂ ਜੀ। ਇੱਥੇ ਇੱਕ ਮਸਲਾ ਕਾਫੀ ਦਿਨਾਂ ਤੋਂ ਆ, ਜਿਹੜਾ ਧਰਨਾ ਲਗਾਇਆ ਹੋਇਆ ਪਿੰਡ ਭੈਣੀ ਨੇ ਅਤੇ ਹਰੀਪੁਰ ਦੇ ਜਿਹੜੇ ਆਪਣਾ ਪਿੰਡ ਆ, ਇਹ ਗੰਦੇ ਪਾਣੀ ਦੀ ਜਿਹੜੀ ਨਿਕਾਸੀ ਆ ਉਹ ਪਿੰਡ ਭੈਣੀ ਅਤੇ ਪਿੰਡ ਮੀਓਵਾਲ ਦੇ ਵੱਲ ਨੂੰ ਪਾਉਣ ਜਾ ਰਹੇ ਆ, ਜਿਹਦੇ ਨਾਲ ਕਿ ਕਾਫੀ ਫਸਲਾਂ ਜਿਹੜੀਆਂ ਮੋਹਰੇ ਪ੍ਰਭਾਵਿਤ ਹੋ ਰਹੀਆਂ ਅਤੇ ਜਿਹੜੇ ਪਿੰਡ ਦਾ ਪੀਣ ਵਾਲਾ ਪਾਣੀ ਆ ਉਹਦਾ ਵੀ ਕਾਫੀ ਨੁਕਸਾਨ ਹੋ ਰਿਹਾ। ਅਸੀਂ ਪ੍ਰਸ਼ਾਸਨ ਨੂੰ ਅਤੇ ਮੌਜੂਦਾ ਸਰਕਾਰ ਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਸਾਡਾ ਹੱਕ ਆ ਉਹ ਸਾਨੂੰ ਦਵਾਇਆ ਜਾਵੇ ਅਤੇ ਗੰਦਾ ਪਾਣੀ ਜਿਹੜਾ ਹਰੀਪੁਰ ਆ, ਪਿੰਡ ਮੀਓਵਾਲ ਅਤੇ ਹਰੀ ਭੈਣੀ ਵਿੱਚ ਪਾ ਰਿਹਾ, ਉਹਨੂੰ ਬੰਦ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਜੀ ਗੁਰਮੁਖ ਸਿੰਘ, ਪਿੰਡ ਮੀਓਵਾਲ ਤੋਂ ਜੀ। ਅਸੀਂ ਲਗਭਗ 12 ਤੋਂ 13 ਦਿਨ ਤੋਂ ਇੱਥੇ ਪਿੰਡ ਭੈਣੀ ਨਾਲ ਰਲ ਕੇ ਸਮੂਹ ਮੀਓਵਾਲ ਪਿੰਡ ਸੰਘਰਸ਼ ਕਰ ਰਹੇ ਹਾਂ ਜੀ, ਜੋ ਕਿ ਹਰੀਪੁਰ ਪਿੰਡ ਦਾ ਪਾਣੀ ਗੰਦਾ ਨਜਾਇਜ਼ ਗੈਰ ਕਾਨੂੰਨੀ ਢੰਗ ਨਾਲ ਸਾਡੇ ਪਿੰਡ ਵਿੱਚ, ਦੋਹਾਂ ਪਿੰਡਾਂ ਵਿੱਚ ਪਾਇਆ ਜਾ ਰਿਹਾ ਜੀ। ਅਸੀਂ ਪ੍ਰਸ਼ਾਸਨ ਕੋਲ, BDO ਦਫ਼ਤਰ ਕੋਲ ਵੀ ਪਹੁੰਚ ਕੀਤੀ ਹੈ, ਪਰ ਸਾਡੀ ਕਿਸੇ ਵੀ ਦਫ਼ਤਰ ਅੱਗੇ ਕੋਈ ਸੁਣਵਾਈ ਨਹੀਂ ਹੋਈ ਜੀ। ਅਸੀਂ ਤੁਹਾਡੇ ਮਾਧਿਅਮ ਨਾਲ ਇਹ ਆਵਾਜ਼ ਆਪਣੀ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਤਾਂ ਜੋ ਸਾਡੀ ਸੁਣਵਾਈ ਹੋ ਸਕੇ, ਤਾਂ ਜੋ ਸਾਡੇ ਉੱਪਰ ਇਹ ਅੱਤਿਆਚਾਰ ਆ ਉਹਨੂੰ ਰੋਕਿਆ ਜਾ ਸਕੇ। ਅਸੀਂ ਆਪਣੀ ਆਵਾਜ਼ ਕੇਸ ਵੀ ਕੀਤਾ ਜੀ, ਅਦਾਲਤ ਤੱਕ ਵੀ ਲਗਾਏ ਹਾਂ, ਪਰ ਸਾਨੂੰ ਹਰੇਕ ਪਾਸਿਓਂ ਦਬਾਇਆ ਜਾ ਰਿਹਾ ਹੈ। ਦੱਸਿਓ ਜਿਹੜਾ ਪੈਪ ਪੈ ਰਿਹਾ ਇਹ ਸਰਕਾਰੀ ਫੰਡ ਨਾਲ? ਨਹੀਂ, ਇਹ ਜੀ NRI ਫੰਡ ਆ ਜੀ। ਇਹ NRI ਵੀਰਾਂ ਨੇ ਇਲੈਕਸ਼ਨ ਵਿੱਚ ਇਸ ਪਾਰਟੀ ਦੀ ਸਪੋਰਟ ਕੀਤੀ ਸੀ, ਉਹਦੇ ਆਧਾਰ 'ਤੇ ਸਰਕਾਰ ਇਹਨਾਂ ਨੂੰ ਬੈਨੀਫਿਟ ਦੇ ਰਹੀ ਆ ਜੀ, ਤਾਂ ਜੋ ਇਹਨਾਂ ਦੀ ਗੈਰ ਕਾਨੂੰਨੀ ਢੰਗ ਨਾਲ ਇਹਨਾਂ ਦੀ ਮਦਦ ਕਰ ਰਹੀ ਆ ਜੀ। ਸਾਨੂੰ ਨਾਇਬ ਤਹਿਸੀਲਦਾਰ ਵੀ ਮੌਕੇ 'ਤੇ ਅਫਸਰ ਆ ਸੀ, ਕੱਲ੍ਹ ਵੀ ਸਾਨੂੰ ਦਬਕੇ ਮਾਰੇ ਜੇ ਤੁਸੀਂ ਇਸ ਕੰਮ ਨੂੰ ਰੋਕਿਆ ਤਾਂ ਤੁਹਾਡੇ ਉੱਤੇ ਨਜਾਇਜ਼ ਪਰਚੇ ਕੀਤੇ ਜਾਣਗੇ। ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ, ਅਸੀਂ ਇਸ ਧਰਨੇ ਲਈ ਪੱਕੇ ਤੌਰ 'ਤੇ ਬੈਠੇ ਹਾਂ, ਜੇ ਕੱਲ੍ਹ ਨੂੰ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਆ ਜਾਂ ਹਰੀਪੁਰ ਵਾਲੇ ਧੱਕੇ ਨਾਲ ਸਾਡੇ ਪਿੰਡ 'ਚ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਅਸੀਂ ਆਪਣੇ ਸ਼ਾਂਤਮਈ ਤਰੀਕੇ ਨਾਲ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪਰੰਤੂ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਉਹਦਾ ਪੁਲਿਸ ਪ੍ਰਸ਼ਾਸਨ, ਫਲੋਰ ਅਤੇ ਸਿਵਲ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਜੀ।